550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਇਸ ਸੰਸਾਰ ਦੇ ਵਿੱਚ ਹੋਇਆ। ਅੱਜ ਕੱਲ੍ਹ ਦੀਆਂ ਇਨਵਾਇਰਮੈਂਟਲ ਪ੍ਰੋਬਲਮਸ ਪ੍ਰਤੀ ਸਾਨੂੰ ਸੁਚੇਤ ਕਰਨ ਲਈ ਹੀ ਸ਼ਾਇਦ ਗੁਰੂ ਨਾਨਕ ਦੇਵ ਜੀ ਨੇ ਇਹ ਉਚਾਰਿਆ ਸੀ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਆਓ ਆਪਾਂ ਸਾਰੇ ਰਲ ਕੇ ਉਹਨਾਂ ਦਾ 550ਵਾਂ ਗੁਰਪੁਰਬ ਮਨਾਉਂਦਿਆਂ ਹੋਇਆਂ 550 ਰੁੱਖ 1820 ਥਾਵਾਂ ਦੇ ਉੱਤੇ ਲਗਾ ਕੇ, 1 ਮਿਲੀਅਨ ਰੁੱਖ 10 ਲੱਖ ਰੁੱਖ ਲਗਾ ਕੇ ਇਸ ਸੰਸਾਰ ਨੂੰ ਇੱਕ ਪ੍ਰੇਮ ਭਰੀ ਸੁਗਾਤ ਦੇ ਸਕਦੇ ਹਾਂ। ਈਕੋ ਸਿੱਖ ਵੱਲੋਂ ਇਸ ਮੁਹਿੰਮ ਨੂੰ ਸਫਲ ਕਰਨ ਲਈ ਇੱਕ ਐਪ ਲਾਂਚ ਕੀਤੀ ਜਾ ਰਹੀ ਹੈ। ਇਸ ਐਪ ਦੇ 4 ਫੀਚਰਸ ਨੇ। ਪਹਿਲਾ ਹੈ ਕਿ ਤੁਸੀਂ ਰਜਿਸਟਰ ਕਰ ਸਕਦੇ ਹੋ। ਦੂਜਾ ਫੀਚਰ ਹੈ ਕਿ ਇਹਦੇ ਵਿੱਚ ਜੀਓ ਟੈਗਿੰਗ ਅਸੀਂ ਕਰਨਾ ਚਾਹਾਂਗੇ ਤਾਂ ਕਿ ਅਸੀਂ ਜਦੋਂ ਵਰਲਡ ਬੈਂਕ ਜਾਂ ਯੂਨਾਈਟਿਡ ਨੇਸ਼ਨਸ ਨੂੰ ਰਿਪੋਰਟ ਦੇਈਏ ਕਿ ਕਿੱਥੇ ਕਿੱਥੇ ਸਿੱਖਾਂ ਨੇ, ਗੁਰੂ ਨਾਨਕ ਨੂੰ ਪਿਆਰ ਕਰਨ ਵਾਲਿਆਂ ਨੇ ਕਿੱਥੇ ਕਿੱਥੇ ਰੁੱਖ ਲਗਾ ਕੇ ਇਸ ਸੰਸਾਰ ਨੂੰ ਹਰਾ ਭਰਾ ਕੀਤਾ ਹੈ। ਤੀਸਰਾ ਹੈ ਕਿ ਇਹਦੇ ਵਿੱਚ ਨਿਊਜ਼ ਅਤੇ ਅਪਡੇਟਸ ਮਿਲ ਸਕਦੀਆਂ ਨੇ, ਅਤੇ ਸੇਵਾ ਕਰਦਿਆਂ ਤੁਸੀਂ ਆਪਣੀਆਂ ਪਿਕਚਰਸ ਅਤੇ ਵੀਡੀਓਜ਼ ਵੀ ਅਪਲੋਡ ਕਰ ਸਕਦੇ ਹੋ। ਅਤੇ ਚੌਥਾ ਫੀਚਰ ਹੈ ਸੀ, ਇਸ ਮਹਾਨ ਕਾਰਜ ਨੂੰ ਸਫਲ ਕਰਨ ਲਈ ਤੁਸੀਂ ਡੋਨੇਟ ਵੀ ਕਰ ਸਕਦੇ ਹੋ, ਆਪਣਾ ਯੋਗਦਾਨ ਪਾ ਸਕਦੇ ਹੋ। ਸੋ ਵੀਰੋ ਅਤੇ ਭੈਣੋ, ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਐਪ ਨੂੰ ਡਾਊਨਲੋਡ ਕਰੋ ਅਤੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਗੁਰਪੁਰਬ ਬੜੇ ਯੂਨੀਕ ਢੰਗ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਅਤੇ ਸੋਹਣੇ ਢੰਗ ਦੇ ਨਾਲ ਮਨਾ ਕੇ ਇਸ ਸੰਸਾਰ ਨੂੰ ਹਰਾ ਭਰਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।